ਬਹੁਤ ਵਧੀਆ ਹੈ ਜੀ, ਮਹਾਰਾਜ ਜੀ ਬੜਾ ਵਧੀਆ ਕੀਤਾ ਅਤੇ ਸਜਾਵਟ ਵੀ ਬਹੁਤ ਸੋਹਣੀ ਹੋਈ ਆ। ਬਾਕੀ ਬੱਚੇ ਆਨੰਦ ਲੈ ਰਹੇ ਆ, ਵੇਖੋ ਤੁਸੀਂ ਗੁੱਡੀਆਂ ਉਡਾ ਰਹੇ ਆ, ਹੁਣ ਤੇ ਰਹੇ ਆ। ਹਰ ਸਾਲ ਆਉਂਦੇ ਹੋ ਜੀ? ਹਾਂਜੀ ਹਰ ਸਾਲ ਆਉਂਦੇ ਹਾਂ ਜੀ। ਇੰਤਜ਼ਾਰ ਰਹਿੰਦਾ ਪੂਰਾ ਸਾਲ? ਹਾਂਜੀ ਹਾਂਜੀ, 15-20 ਸਾਲ ਹੋ ਗਏ ਹੁਣ। ਹਾਂਜੀ ਹਰ ਮਹੀਨੇ ਆਉਂਦੇ ਹਾਂ ਅਸੀਂ, ਪਰ ਬਸੰਤ ਪੰਚਮੀ ਸਾਲ ਬਾਅਦ ਆਉਂਦੀ ਹੈ, ਜ਼ਰੂਰ ਆਉਂਦੇ ਬੱਚੇ ਦਾ। ਹਾਂਜੀ, ਕੀ ਨਾਮ ਹੈ ਜੀ? ਨਵਤੇਜ ਸਿੰਘ ਜੀ। ਕੀ ਕਹਿਣਾ ਚਾਹੁੰਦੇ ਅੱਜ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ, ਬਸੰਤ ਦਾ ਦਿਹਾੜਾ, ਪਤੰਗਬਾਜ਼ੀ ਵੀ ਕੀਤੀ ਜਾ ਰਹੀ ਹੈ, ਨਤਮਸਤਕ ਵੀ ਹੋਏ ਹੋ, ਕਿੰਨੀ ਖੁਸ਼ੀ ਮਹਿਸੂਸ? ਮੈਂ ਨਾ ਉਹ ਕਹਿ ਸਕਦੇ ਮੈਂ ਕਿੰਨੀ ਖੁਸ਼ੀ ਹੋਈ ਮਾੜਾ ਜੀ, ਪਰ ਇਹਦੀ ਕਿਰਪਾ ਪਰਮਾਤਮਾ ਦੀ ਨਜ਼ਾਰਾ ਆਉਂਦਾ ਬੁਰਾ ਵੇਖਣ ਦਾ ਵੀ, ਮੱਥਾ ਟੇਕਣ ਗਏ ਹਾਂ ਅਤੇ ਆਨੰਦ ਆ ਗਿਆ ਵਾ, ਵੀ ਸਵਰਗ ਸਵਰਗ ਆਏ ਸਵਰਗ 'ਚ ਅਸੀਂ। ਮੈਂ ਨਾ ਮੈਂ ਤੁਹਾਡੀ ਕਿਰਪਾ ਮਹਾਰਾਜ ਦੀ, ਬੜੀ ਕਿਰਪਾ ਮਹਾਰਾਜ ਦੀ, ਬਹੁਤ ਸੋਹਣਾ ਲੱਗਦਾ, ਮਜ਼ਾ ਆਉਂਦਾ ਵੇਖਣ ਦਾ, ਗੁੜੀਆਂ ਡਾਉਂਦੇ, ਪਤੰਗਾਂ ਡਾਉਂਦੇ ਆ, ਇੰਜੋਏ ਆਪਣਾ ਕਰਦੇ, ਗੁਰੂ ਘਰ ਮੱਥਾ ਟੇਕਿਆ, ਲੰਗਰ ਛਕਿਆ, ਲੰਗਰ ਦੀ ਤੋੜ ਕੋਈ ਨਹੀਂ ਆ, ਬੜਾ ਮਜ਼ਾ ਆਉਂਦਾ, ਮਤਲਬ ਬੜੀ ਕਿਰਪਾ ਮਹਾਰਾਜ ਦੀ, ਅਤੇ ਮਤਲਬ ਹਰ ਕੋਈ ਬੰਦਾ ਆਇਆ, ਭਾਵੇਂ ਹਿੰਦੂ ਹੋਏ, ਭਾਵੇਂ ਮੁਸਲਮਾਨ, ਕੋਈ ਵੀ ਆਇਆ ਵਾ, ਸਾਰੇ ਇੱਥੇ ਆਏ ਆ, ਬੜੀ ਕਿਰਪਾ ਮਹਾਰਾਜ ਦੀ, ਬੜੀ ਬੜਾ ਮਜ਼ਾ ਆਉਂਦਾ। ਬੱਚੇ ਸਾਡੀ ਮੇਰੀ ਫੈਮਿਲੀ ਸਾਰੀ ਨਾਲ ਆਈ ਹੈ ਉਹ, ਅਤੇ ਅਸੀਂ ਮਤਲਬ 6 ਦੇ ਆਏ ਹਾਂ, 9 ਵਜੇ ਦੇ ਸ਼ਮਾ ਪੈ ਗਿਆ ਵਾ। ਹਾਂ, ਬਹੁਤ ਬੜਾ ਮਜ਼ਾ ਆਉਂਦਾ, ਹਰ ਇੰਜੋਏ ਹਰ ਕਰਦੇ ਆ ਗਏ, ਅਤੇ ਲੋਕ ਸਭ ਤਿਉਹਾਰ ਆਉਂਦਾ ਵਾ, ਲੋਕ ਆਪਣੀ ਮੌਜ ਮਸਤੀ ਕਰਦੇ ਆ, ਗੁਰੂ ਘਰ ਆਉਂਦੇ ਆ, ਨਾਮ ਜਪਦੇ ਆ, ਅਤੇ ਆਪਣਾ ਇੰਜੋਏ ਕਰਦੇ ਆ। ਗੁਰੂ ਸਾਹਿਬ ਦੀ ਕਿਰਪਾ ਸਦਕਾ ਗੁਰੂ ਨਾਨਕ ਨਾਮ ਸਲੇਵਾ ਸੰਗਤਾਂ ਜੋ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਕੱਲ੍ਹ ਰਾਤਰੀ ਦੀਵਾਨ ਸਜਾਏ ਗਏ ਸਨ, ਉਹਦੇ ਵਿੱਚ ਵੀ ਸੰਗਤਾਂ ਪਹੁੰਚੀਆਂ, ਹੁਣ ਵੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਲੱਖਾਂ ਦੀ ਤਾਦਾਦ ਵਿੱਚ ਜੋ ਗਿਣਤੀ ਹੈ ਉਹ ਪਹੁੰਚ ਚੁੱਕੀ ਸੰਗਤਾਂ ਦੀ, ਅਤੇ ਸੰਗਤਾਂ ਨੂੰ ਇਹੀ ਉਪਦੇਸ਼ ਆਪਾਂ ਗੁਰੂ ਵਾਲੇ ਬਣੀਏ, ਅੰਮ੍ਰਿਤ ਛਕੀਏ, ਬਾਣੇ ਬਾਣੀ ਦੇ ਧਾਰਨੀ ਹੋਈਏ, ਜੋ ਗੁਰੂ ਜੀ ਦਾ ਉਪਦੇਸ਼ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ, ਉਹਦੇ 'ਤੇ ਫਲਸਫੇ ਦੇ ਪਹਿਰਾ ਦਿੰਦੇ ਹੋਏ ਆਪਾਂ ਗੁਰੂ ਗੁਰੂ ਕਰਦੇ ਆਪਾਂ ਜਨਮ ਸਫਲ ਕਰੀਏ। ਇਹ ਜੋ ਬਸੰਤ ਪੰਚਮੀ ਦਾ ਪੁਰਬ ਹੈ ਜੀ, ਇਹ ਵਾਕਈ ਤੁਹਾਡੀ ਗੱਲ ਠੀਕ ਹੈ, ਸਾਲਾਨਾ ਜੋੜ ਮੇਲਾ ਜੋ ਸਾਲ ਬਾਅਦ ਆਵੇਗਾ, ਇਹਦੇ ਵਿੱਚ ਇਲਾਕੇ ਦੀਆਂ ਸਭਾ ਸੁਸਾਇਟੀਆਂ ਦਾ ਪੂਰਾ ਸਹਿਯੋਗ ਸਾਨੂੰ ਹੈ ਜੀ, ਉਹਦੇ ਨਾਲ ਮੇਰੇ ਨਾਲ ਖੜ੍ਹੇ ਨੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਰਦਾਰ ਹਰਵਿੰਦਰ ਸੁੱਪੋਵਾਲੀ, ਇਹ ਮੇਲਾ ਪ੍ਰਬੰਧਕ ਮੇਰੇ ਨਾਲ ਸਰਦਾਰ ਜਗਜੀਤ ਸਿੰਘ ਜੀ ਜੋ ਸ਼੍ਰੋਮਣੀ ਕਮੇਟੀ ਵੱਲੋਂ ਨਿਯੁਕਤ ਕੀਤੇ ਗਏ ਨਾਲ ਸਾਡੇ, ਇੱਥੇ ਟੀਮ ਵਰਕ ਚੱਲ ਰਿਹਾ ਸਾਰਾ ਸਾਡਾ ਜੀ, ਪਿਛਲੇ 1 ਮਹੀਨੇ ਦਾ ਲਗਾਤਾਰ ਤਿਆਰੀਆਂ ਚੱਲ ਰਹੀਆਂ ਨੇ, ਪਾਰਕਿੰਗਾਂ ਖੁੱਲ੍ਹੀਆਂ ਕਰ ਦਿੱਤੀਆਂ ਗਈਆਂ ਨੇ ਸੰਗਤਾਂ ਦੀ ਵਹੀਕਲ ਵਾਸਤੇ ਜੀ, ਰਿਹਾਇਸ਼ ਵਾਸਤੇ ਬਹੁਤ ਪੁਖਤਾ ਪ੍ਰਬੰਧ ਕੀਤੇ ਗਏ, ਲੰਗਰ ਸੁਸਾਇਟੀ ਵੱਲੋਂ ਚੱਲ ਰਹੇ ਨੇ ਅਤੇ ਗੁਰਦੁਆਰਾ ਸਾਹਿਬ ਪ੍ਰਬੰਧ ਵੱਲੋਂ ਵੀ ਲੰਗਰ ਥਾਂ ਪਰ ਥਾਂ ਚੱਲ ਰਹੇ ਨੇ, ਚਾਹ ਦੇ ਲੰਗਰ, ਪਕੌੜਿਆਂ ਦੇ ਲੰਗਰ, ਉਸ ਤੋਂ ਇਲਾਵਾ ਪ੍ਰਸ਼ਾਦਾ ਪਾਣੀ ਦਾ ਲੰਗਰ ਜੋ ਹੈ ਸਵੇਰ ਤੋਂ ਨਿਰੰਤਰ ਚੱਲ ਰਹੇ ਨੇ। ਸੰਗਤਾਂ ਨੂੰ ਕੋਈ ਵੀ ਦਿੱਕਤ ਜਿਹੜੀ ਹੁਣ ਤੱਕ ਜੋ ਅਸੀਂ ਮਹਿਸੂਸ ਕੀਤਾ, ਕੋਈ ਵੀ ਪਰੇਸ਼ਾਨੀ ਜਾਂ ਕੋਈ ਐਸੀ ਅਣਸੁਖਾਵੀ ਘਟਨਾ ਦੀ ਕੋਈ ਖਬਰ ਨਹੀਂ ਮਿਲੀ ਹੈ ਜੀ। ਬਹੁਤ ਵਧੀਆ ਹੈ ਜੀ, ਮਹਾਰਾਜ ਜੀ ਬੜਾ ਵਧੀਆ ਕੀਤਾ ਅਤੇ ਸਜਾਵਟ ਵੀ ਬਹੁਤ ਸੋਹਣੀ ਹੋਈ ਆ, ਬਾਕੀ ਬੱਚੇ ਆਨੰਦ ਲੈ ਰਹੇ ਆ, ਵੇਖੋ ਤੁਸੀਂ ਗੁੱਡੀਆਂ ਉਡਾ ਰਹੇ ਆ, ਹੁਣ ਤੇ ਰਹੇ ਆ। ਹਰ ਸਾਲ ਆਉਂਦੇ ਹੋ ਜੀ? ਹਾਂਜੀ ਹਰ ਸਾਲ ਆਉਂਦੇ ਹਾਂ ਜੀ। ਇੰਤਜ਼ਾਰ ਰਹਿੰਦਾ ਪੂਰਾ ਸਾਲ? ਹਾਂਜੀ ਹਾਂਜੀ, 15-20 ਸਾਲ ਹੋ ਗਏ ਹੁਣ। ਹਾਂਜੀ ਹਰ ਮਹੀਨੇ ਆਉਂਦੇ ਹਾਂ ਅਸੀਂ, ਪਰ ਬਸੰਤ ਪੰਚਮੀ ਸਾਲ ਬਾਅਦ ਆਉਂਦੀ ਹੈ, ਜ਼ਰੂਰ ਆਉਂਦੇ ਬੱਚੇ ਦਾ। ਹਾਂਜੀ, ਕੀ ਨਾਮ ਹੈ ਜੀ? ਨਵਤੇਜ ਸਿੰਘ ਜੀ। ਕੀ ਕਹਿਣਾ ਚਾਹੁੰਦੇ ਅੱਜ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ, ਬਸੰਤ ਦਾ ਦਿਹਾੜਾ, ਪਤੰਗਬਾਜ਼ੀ ਵੀ ਕੀਤੀ ਜਾ ਰਹੀ ਹੈ, ਨਤਮਸਤਕ ਵੀ ਹੋਏ ਹੋ, ਕਿੰਨੀ ਖੁਸ਼ੀ ਮਹਿਸੂਸ? ਮੈਂ ਨਾ ਉਹ ਕਹਿ ਸਕਦੇ ਮੈਂ ਕਿੰਨੀ ਖੁਸ਼ੀ ਹੋਈ ਮਾੜਾ ਜੀ, ਪਰ ਇਹਦੀ ਕਿਰਪਾ ਪਰਮਾਤਮਾ ਦੀ ਨਜ਼ਾਰਾ ਆਉਂਦਾ ਬੁਰਾ ਵੇਖਣ ਦਾ ਵੀ, ਮੱਥਾ ਟੇਕਣ ਗਏ ਹਾਂ ਅਤੇ ਆਨੰਦ ਆ ਗਿਆ ਵਾ, ਵੀ ਸਵਰਗ ਸਵਰਗ ਆਏ ਸਵਰਗ 'ਚ ਅਸੀਂ। ਮੈਂ ਨਾ ਮੈਂ ਤੁਹਾਡੀ ਕਿਰਪਾ ਮਹਾਰਾਜ ਦੀ, ਬੜੀ ਕਿਰਪਾ ਮਹਾਰਾਜ ਦੀ, ਬਹੁਤ ਸੋਹਣਾ ਲੱਗਦਾ, ਮਜ਼ਾ ਆਉਂਦਾ ਵੇਖਣ ਦਾ, ਗੁੜੀਆਂ ਡਾਉਂਦੇ, ਪਤੰਗਾਂ ਡਾਉਂਦੇ ਆ, ਇੰਜੋਏ ਆਪਣਾ ਕਰਦੇ, ਗੁਰੂ ਘਰ ਮੱਥਾ ਟੇਕਿਆ, ਲੰਗਰ ਛਕਿਆ, ਲੰਗਰ ਦੀ ਤੋੜ ਕੋਈ ਨਹੀਂ ਆ, ਬੜਾ ਮਜ਼ਾ ਆਉਂਦਾ, ਮਤਲਬ ਬੜੀ ਕਿਰਪਾ ਮਹਾਰਾਜ ਦੀ, ਅਤੇ ਮਤਲਬ ਹਰ ਕੋਈ ਬੰਦਾ ਆਇਆ, ਭਾਵੇਂ ਹਿੰਦੂ ਹੋਏ, ਭਾਵੇਂ ਮੁਸਲਮਾਨ, ਕੋਈ ਵੀ ਆਇਆ ਵਾ, ਸਾਰੇ ਇੱਥੇ ਆਏ ਆ, ਬੜੀ ਕਿਰਪਾ ਮਹਾਰਾਜ ਦੀ, ਬੜੀ ਬੜਾ ਮਜ਼ਾ ਆਉਂਦਾ। ਬੱਚੇ ਸਾਡੀ ਮੇਰੀ ਫੈਮਿਲੀ ਸਾਰੀ ਨਾਲ ਆਈ ਹੈ ਉਹ, ਅਤੇ ਅਸੀਂ ਮਤਲਬ 6 ਦੇ ਆਏ ਹਾਂ, 9 ਵਜੇ ਦੇ ਸ਼ਮਾ ਪੈ ਗਿਆ ਵਾ। ਹਾਂ, ਬਹੁਤ ਬੜਾ ਮਜ਼ਾ ਆਉਂਦਾ, ਹਰ ਇੰਜੋਏ ਹਰ ਕਰਦੇ ਆ ਗਏ, ਅਤੇ ਲੋਕ ਸਭ ਤਿਉਹਾਰ ਆਉਂਦਾ ਵਾ, ਲੋਕ ਆਪਣੀ ਮੌਜ ਮਸਤੀ ਕਰਦੇ ਆ, ਗੁਰੂ ਘਰ ਆਉਂਦੇ ਆ, ਨਾਮ ਜਪਦੇ ਆ, ਅਤੇ ਆਪਣਾ ਇੰਜੋਏ ਕਰਦੇ ਆ।
ਗੁਰੂ ਸਾਹਿਬ ਦੀ ਕਿਰਪਾ ਸਦਕਾ ਗੁਰੂ ਨਾਨਕ ਨਾਮ ਸਲੇਵਾ ਸੰਗਤਾਂ ਜੋ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਕੱਲ੍ਹ ਰਾਤਰੀ ਦੀਵਾਨ ਸਜਾਏ ਗਏ ਸਨ, ਉਹਦੇ ਵਿੱਚ ਵੀ ਸੰਗਤਾਂ ਪਹੁੰਚੀਆਂ। ਹੁਣ ਵੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਲੱਖਾਂ ਦੀ ਤਾਦਾਦ ਵਿੱਚ ਜੋ ਗਿਣਤੀ ਹੈ ਉਹ ਪਹੁੰਚ ਚੁੱਕੀ ਸੰਗਤਾਂ ਦੀ। ਅਤੇ ਸੰਗਤਾਂ ਨੂੰ ਇਹੀ ਉਪਦੇਸ਼, ਆਪਾਂ ਗੁਰੂ ਵਾਲੇ ਬਣੀਏ, ਅੰਮ੍ਰਿਤ ਛਕੀਏ, ਬਾਣੇ ਬਾਣੇ 'ਤੇ ਧਾਰਨੀ ਹੋਈਏ। ਜੋ ਗੁਰੂ ਜੀ ਦਾ ਉਪਦੇਸ਼ ਹੈ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਉਹਦੇ 'ਤੇ ਫਲਸਫੇ ਪਹਿਰਾ ਦਿੰਦੇ ਹੋਏ ਆਪਾਂ ਗੁਰੂ ਗੁਰੂ ਕਰਦੇ ਆਪਾਂ ਜਨਮ ਸਫਲ ਕਰੀਏ। ਬਸੰਤ ਪੰਚਮੀ ਦੀ ਗੱਲ ਕਰੀਏ, ਸੰਗਤ ਨੂੰ ਸਾਰਾ ਸਾਲ ਇੰਤਜ਼ਾਰ ਰਹਿੰਦਾ ਹੈ, ਕਿੰਨੀ ਕੁ ਤਿਆਰੀ ਗੁਰਦੁਆਰਾ ਸਾਹਿਬ ਦੇ ਵਿੱਚ ਕੀਤੀ ਜਾਂਦੀ ਹੈ, ਸੰਗਤ ਕਿੰਨੀ ਕੁ ਵੱਡੀ ਗਿਣਤੀ ਦੇ ਵਿੱਚ ਪਹੁੰਚਦੀ ਹੈ, ਕਿੰਨੀ ਕੁ ਖੁਸ਼ੀ ਸੰਗਤ ਨੂੰ ਮਹਿਸੂਸ ਹੁੰਦੀ ਹੈ ਇੱਥੇ ਪਹੁੰਚ ਕੇ ਅੱਜ ਦੇ ਦਿਨ? ਇਹ ਜੋ ਬਸੰਤ ਪੰਚਮੀ ਦਾ ਪੁਰਬ ਹੈ ਜੀ, ਇਹ ਵਾਕਈ ਤੁਹਾਡੀ ਗੱਲ ਠੀਕ ਹੈ, ਸਾਲਾਨਾ ਜੋੜ ਮੇਲਾ ਜੋ ਸਾਲ ਬਾਅਦ ਆਵੇਗਾ, ਇਹਦੇ ਵਿੱਚ ਇਲਾਕੇ ਦੀਆਂ ਸਭਾ ਸੁਸਾਇਟੀਆਂ ਦਾ ਪੂਰਾ ਜੋ ਸਹਿਯੋਗ ਸਾਨੂੰ ਹੈ ਜੀ। ਉਹਦੇ ਨਾਲ ਮੇਰੇ ਨਾਲ ਖੜ੍ਹੇ ਨੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਰਦਾਰ ਹਰਵਿੰਦਰ ਸੁੱਪੋਵਾਲੀ, ਇਹ ਮੇਲਾ ਪ੍ਰਬੰਧਕ ਮੇਰੇ ਨਾਲ ਸਰਦਾਰ ਜਗਜੀਤ ਸਿੰਘ ਜੀ ਜੋ ਸ਼੍ਰੋਮਣੀ ਕਮੇਟੀ ਵੱਲੋਂ ਨਿਯੁਕਤ ਕੀਤੇ ਗਏ ਨਾਲ ਸਾਡੇ। ਇੱਕ ਟੀਮ ਵਰਕ ਚੱਲ ਰਿਹਾ ਸਾਰਾ ਸਾਡਾ ਹੀ, ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਤਿਆਰੀਆਂ ਚੱਲ ਰਹੀਆਂ ਨੇ, ਪਾਰਕਿੰਗਾਂ ਖੁੱਲ੍ਹੀਆਂ ਕਰ ਦਿੱਤੀਆਂ ਗਈਆਂ ਨੇ ਸੰਗਤਾਂ ਦੀ ਵਹੀਕਲ ਵਾਸਤੇ ਜੀ, ਰਿਹਾਇਸ਼ ਵਾਸਤੇ ਬਹੁਤ ਪੁਖਤਾ ਪ੍ਰਬੰਧ ਕੀਤੇ ਗਏ, ਲੰਗਰ ਸੁਸਾਇਟੀ ਵੱਲੋਂ ਚੱਲ ਰਹੇ ਨੇ ਅਤੇ ਗੁਰਦੁਆਰਾ ਸਾਹਿਬ ਪ੍ਰਬੰਧ ਵੱਲੋਂ ਵੀ ਲੰਗਰ ਥਾਂ ਪਰ ਥਾਂ ਚੱਲ ਰਹੇ ਨੇ, ਚਾਹ ਦੇ ਲੰਗਰ, ਪਕੌੜਿਆਂ ਦੇ ਲੰਗਰ, ਉਸ ਤੋਂ ਇਲਾਵਾ ਪ੍ਰਸ਼ਾਦਾ ਪਾਣੀ ਦਾ ਲੰਗਰ ਜੋ ਹੈ ਸਵੇਰ ਤੋਂ ਨਿਰੰਤਰ ਚੱਲ ਰਹੇ ਨੇ। ਸੰਗਤਾਂ ਨੂੰ ਕੋਈ ਵੀ ਦਿੱਕਤ ਜਿਹੜੀ ਹੁਣ ਤੱਕ ਜੋ ਅਸੀਂ ਮਹਿਸੂਸ ਕੀਤਾ, ਕੋਈ ਵੀ ਪਰੇਸ਼ਾਨੀ ਜਾਂ ਕੋਈ ਐਸੀ ਅਣਸੁਖਾਵੀਂ ਘਟਨਾ ਦੀ ਕੋਈ ਖਬਰ ਨਹੀਂ ਮਿਲੀ ਹੈ ਜੀ।